ਅਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਜਗ ਰਾਜਦੀਪ ਸਿੰਘ ਪ੍ਰਾਈਮ ਡਿਸਕਸ਼ਨ ਵਿਜੇਂਦਰ ਪੰਨੂ ਸ਼ੋਅ ਵਿੱਚ ਸਵਾਗਤ ਕਰਦਾ ਆਵਾਜ਼ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਆ ਪੰਨੂ ਸਭ ਤੁਹਾਡਾ ਬਹੁਤ ਸਵਾਗਤ ਹੈ ਜੀ ਸ਼ੁਕਰ ਅੱਜ ਦੀ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਨਵਾਜ਼ ਸ਼ਰੀਫ ਤੋਂ ਪਿਛਲੇ ਕੁਝ ਦਿਨਾਂ ਤੋਂ ਕਈ ਖਬਰ ਆ ਰਹੀਆਂ ਕਿਰਦੇ ਜਾ ਰਹੇ ਨੇ ਨਵਾਜ਼ ਸ਼ਰੀਫ ਹੁਣ ਨਵੀਂ ਖਬਰ ਆਈ ਕਿ ਨਵਾਜ਼ ਸ਼ਰੀਫ ਨੇ ਉਸਾਮਾ ਬਿੰਲਾਦਨ ਤੋਂ 150 ਕਰੋੜ ਰੁਪਇਆ ਲਿੱਤਾ ਭਾਰਤ ਦੇ ਵਿੱਚ ਚਾਹ ਦੇ ਨਾਂ ਤੇ ਤੇ ਉਸ ਉਸ ਪੈਸੇ ਨੂੰ ਉਹਨਾਂ ਨੇ ਆਪਣੀ ਰਾਜਨੀਤੀ ਵਾਸਤੇ ਵਰਤਿਆ ਕਿੰਨੀ ਕਿ ਸੱਚਾਈ ਲੱਗਦੀ ਹੈ ਇਸ ਗੱਲ ਬੁਝੇ ਦੇਖੋ ਸਚਾਈ ਤਾਂ ਪਾਕਿਸਤਾਨ ਦੀ ਰਾਜਨੀਤੀ ਦੇ ਵਿੱਚ ਸਭ ਸਚਾਈ ਸਚਾਈ ਹੁੰਦੀ ਜੀ ਉੱਥੇ ਪੈਸਾ ਫੌਜੀ ਦਰਬਾਰ ਤੋਂ ਗੁੰਡਿਆਂ ਦੀ ਦਰਬਾਰ ਤੋਂ ਇਸਲਾਮ ਧਾਰਮਿਕ ਚੀਜ਼ ਐ ਪਰ ਉਸ ਧਰਮ ਦੀ ਵੀ ਦਰਬਾਰ ਤੋਂ ਜੀ ਕਤਲ ਓਗਾਰਤ ਸਭ ਕੁਝ ਚੱਲਦਾ ਰਿਹਾ ਦੇਸ਼ ਪੈਦਾ ਹੋਏ ਨੂੰ ਜਿੰਨੇ ਸਾਲ ਹੋਏ ਆ ਅੱਦੇ ਤੋਂ ਵੱਧ ਸਮਾਉਂ ਉੱਥੇ ਫੌਜੀ ਅਫਸਰਾਂ ਦਾ ਰਾਜ ਰਿਹਾ ਜੀ ਤੇ ਫੌਜੀ ਅਫਸਰਾਂ ਦੇ ਵਿੱਚੋਂ ਇੱਕ ਅਫਸਰ ਸੀਗਾ ਜਰਨਲ ਜ਼ਿਆਉਲਕ ਜਿਨੇ ਜ਼ੁਲਫਕਾਰ ਅਲੀ ਪੁੱਟੋ ਨੂੰ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਲਾ ਕੇ ਜੇਲ੍ਹ ਸੁਟਿਆ ਤੇ ਫਿਰ ਫਾਂਸੀ ਲਾ ਦਿੱਤਾ ਸੀ ਜੀ ਜ਼ਿਆਉਲਕ ਦੇ ਵਕਤ ਅਮਰੀਕਾ ਵੱਲੋਂ ਦੀ ਸਲਾਹ ਨਾਲ ਅਫਗਾਨਿਸਤਾਨ ਚ ਦਖਲ ਦੇਣ ਵਾਸਤੇ ਅੱਤਵਾਦ ਪੈਦਾ ਕੀਤਾ ਗਿਆ ਜੀ ਉਸ ਅੱਤਵਾਦ ਦੇ ਮੁੱਢਲੇ ਦਿਨਾਂ ਦੇ ਵਿੱਚ ਇੱਕ ਬੰਦਾ ਉੱਥੇ ਨੌਜਵਾਨ ਉਮਰ ਚ ਆਇਆ ਉਹਦਾ ਨਾਮ ਉਸਾਮਾ ਬੇ ਲਾਦਨ ਸੀ ਜੀ ਉਹ ਗਲਫ ਏਰੀਆ ਦੇ ਵਿੱਚੋਂ ਬਹੁਤ ਵੱਡੇ ਇੰਡਸਟਰੀਅਲ ਘਰਾਣੇ ਚੋਂ ਸੀ ਇੰਡਸਟਰੀਅਲ ਘਰਾਣਾ ਇੰਡਸਟਰੀ ਉੱਤੇ ਤੇ ਤੇਲ ਦਾ ਹੀ ਕਾਰੋਬਾਰ ਸੀ ਸਰ ਜੀ ਜੀ ਤੇਲ ਨਿਕਲਦਾ ਸੀ ਪੈਸਾ ਉਹਦੇ ਕੋਲ ਬਹੁਤ ਸੀ ਇੱਥੇ ਆ ਗਿਆ ਪੈਸੇ ਦੇ ਸਿਰ ਤੇ ਉੱਪਰ ਚੜਦਾ ਗਿਆ جنੂਨੀ ਵੀ ਸੀ ਜੀ ਉਹ ਬੰਦਾ ਬਾਅਦ ਵਿੱਚ ਸਾਰੀ ਦੁਨੀਆ ਲਈ ਖਤਰਾ ਬਣ ਗਿਆ ਅਮਰੀਕਾ ਦੇ ਉੱਤੇ ਸਭ ਤੋਂ ਵੱਡਾ ਉਹ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਾਂ ਤੇ ਜਾਜ ਮਾਰਨ ਵਾਲਾ ਸੀ ਉਹ ਉਹਨੇ ਮਰੋਇਆ ਸੀ ਜੀ ਇੱਕ ਦਿਨ ਅਮਰੀਕਾ ਵਾਲਿਆਂ ਨੇ ਅਧੀ ਰਾਤ ਨੂੰ ਹਮਲਾ ਕਰਕੇ ਮਾਰਤਾ ਉਹਦੀ ਲਾਸ਼ ਵੀ ਚੁੱਕ ਕੇ ਲੈ ਗਏ ਜੀ ਦੋਸ਼ੇ ਲੱਗਦਾ ਪਿਆ ਕਿ ਨਵਾਜ਼ ਸ਼ਰੀਫ ਨੇ ਉਹਦੇ ਤੋਂ 150 ਕਰੋੜ ਰੁਪਏ ਲੈ ਤੇ ਇਹ ਕਹਿ ਕੇ ਲੈ ਕੇ ਭਾਰਤ ਦੇ ਖਿਲਾਫ ਕਸ਼ਮੀਰ ਕਾਟੀ ਵਿੱਚ ਜਿਹੜਾ ਜਹਾਦ ਚੱਲਦਾ ਪਿਆ ਜੀ ਉਸ ਜਹਾਦ ਦੇ ਵਿੱਚ ਖਰਚਾ ਕਰਨ ਵਾਸਤੇ ਚਾਹੀਦੇ ਆ ਤੇ ਉਸਾਮਾ ਬਿੰਲਾਦੀਨ ਨੇ ਦੇ ਦਿੱਤੇ ਜੀ ਤੇ ਅੱਗੋਂ ਨਵਾਜ਼ ਸ਼ਰੀਫ ਨੇ ਉਹ ਪੈਸੇ ਇਹ ਨਹੀਂ ਕਿ ਉੱਥੇ ਖਰਚੇ ਨਹੀਂ ਥੋੜੇ ਖਰਚੇ ਬਹੁਤੇ ਉਹਨੇ ਆਪਣੀ ਰਾਜਨੀਤੀ ਵਾਸਤੇ ਬੇਨजीर ਪੁੱਟੋ ਦੇ ਖਿਲਾਫ ਜੀ ਆਪਣੀਆਂ ਚਾਲਾਂ ਚੱਲਣ ਵਾਸਤੇ ਖਰਚ ਕੀਤੇ ਤੇ ਉਦੋਂ ਅਜੇ ਤੀਸਰੀ ਗੱਲ ਨਹੀਂ ਕਿ ਉਹ ਚੋ ਕੁਝ ਪੈਸੇ ਪਨਾਮਾ ਚ ਭੇਜਤੇ ਜਾ ਇੰਗਲੈਂਡ ਚ ਜੀ ਜੀ ਇਨਕਮ ਕਿਤੋਂ ਨਵਾਜ਼ ਸ਼ਰੀਫ ਰਾਜਨੀਤਿਕ ਪੈਤਣਿਆਂ ਚ ਸ਼ਰੀਫ ਹੈ ਇਸ ਕਰਕੇ ਹਰ ਬਰੀਕ ਪੁੱਟ ਖਾ ਜਾਂਦਾ ਜੀ ਪਰ ਕ腐ਸ਼ਨ ਦੇ ਪੱਖ ਤੋਂ ਬੇਈਮਾਨੀ ਕਰਨ ਦੇ ਪੱਖ ਤੋਂ ਜੇ ਕੋਈ ਆਖੇ ਕਿ ਨਵਾਜ਼ ਸ਼ਰੀਫ ਦਾ ਪੱਲਾ ਸਾਹਬ ਹੈ ਉਹ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਥਾਂ ਥਾਂ ਇਨੀ ਕਿਸਮ ਦੀ ਗੜਬੜ ਹੈ ਜੀ ਉਸ ਗੜਬੜ ਦੇ ਵਿੱਚ ਇਹਦੇ ਬਾਰੇ ਜੋ ਵੀ ਕੋਈ ਕਹਿ ਦਵੇ ਸਭ ਸੱਚ ਮੰਨ ਲਓ ਕਿਉਂਕਿ ਹਰ ਕਿਸਮ ਦੇ ਦਾਕ ਆਖੜ ਨੇ ਜੀ ਇਹਨੂੰ ਵੀ ਹੁੰਨੇ ਆਉਂਦੇ ਆ ਜਿਨ੍ਹਾਂ ਨੇ ਬਹੁਤ ਸਾਰੇ ਪੋਲੀਟਿਸ਼ੀਨਾਂ ਨੂੰ ਤੇ ਕਾਰੋਬਾਰੀਆਂ ਨੂੰ ਆਉਂਦੇ ਹੁੰਦੇ ਸਾਰੇ ਨੂੰ ਹੁੰਦੇ ਜੀ ਜੀ ਹੁਣੇ ਵੇਖਣਾ ਚਾਹੀਦਾ ਕਿ ਨਿਵਾਜ਼ ਸ਼ਰੀਫ ਉਭਰਿਆ ਕਿਦਾਂ ਸੀ ਜੀ ਇੱਕ ਛੋਟੀ ਜੀ ਮਿਲ ਦਾ ਮਾਲਕ ਸੀ ਬਹੁਤਾ ਇਹਨੂੰ ਕੋਈ ਜਾਣਦਾ ਨਹੀਂ ਸੀ ਲੋਕੇ ਹਾਂ ਸਾਬ ਸਲਾਮ ਦਵਾ ਸਲਾਮ ਕਰਦੇ ਸੀ ਇਹਦੇ ਬੱਦ ਤੇ ਗੱਲ ਨਹੀਂ ਸੀ ਜੀ ਜਦੋਂ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਲਾਉਣ ਤੋਂ ਬਾਅਦ ਜਨਰਲ ਜ਼ਿਆਲ হক ਨੇ ਕਮਾਂਡ ਸੰਭੀ ਜੀ ਉਸ ਦੌਰ ਦੇ ਵਿੱਚ ਇੱਕ ਵਾਰੀ ਉਹਨੇ ਫਿਰ ਥੋੜਾ ਜਿਆ ਡੈਮੋਕਰੇਸੀ ਦਾ ਪ੍ਰਭਾਵ ਦੇਣ ਦਾ ਯਤਨ ਕੀਤਾ ਇੱਕ ਨਕਾਬ ਪਾਉਣ ਦਾ ਯਤਨ ਕੀਤਾ ਕਿ ਲੋਕਾਂ ਨੂੰ ਦੱਸਾਂ ਕਿ ਮੈਂ ਵਰਦੀ ਫੌਜੀਆਂ ਦੀ ਪਾਈ ਐ ਅਸਲ ਵਿੱਚ ਮੈਂ ਬਹੁਤ ਲੋਕਤੰਤਰੀ ਜੀ ਫੌਜੀ ਅਦਾਲਤਾਂ ਵਿੱਚੋਂ ਜਿਹੜੀਆਂ ਦੂਸਰੀਆਂ ਸਿਵਲ ਦੀਆਂ ਅਦਾਲਤਾਂ ਉਹਨਾਂ ਚੋਂ ਜੱਜਾਂ ਨੂੰ ਉਠਾ ਕੇ ਉਹ ਤਾਂ ਫੌਜੀ ਬਿਠਾਉਂਦੇ ਸੀ ਪਰ ਉਹਦੇ باوجود ਡੈਮੋਕ੍ਰੇਸੀ ਦਾ ਪ੍ਰਭਾਵ ਦੇਣ ਵਾਸਤੇ ਇੱਕ ਚੋਣ ਕਰਵਾ ਦਿੱਤੀ ਜੀ ਉਸ ਚੋਣ ਦੇ ਵਿੱਚ ਮੁਹੰਮਦ ਖਾਨ ਜਨੇਜੋ ਨੂੰ ਪ੍ਰਧਾਨ ਮੰਤਰੀ ਬਣਾਤਾ ਗਿਆ ਤੇ ਪੰਜਾਬ ਦਾ ਮੁੱਖ ਮੰਤਰੀ ਨਵਾਜ਼ ਸ਼ਰੀਫ ਹੁੰਦਾ ਤੱਕ ਜੀ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਲੱਗਦਾ ਸੀ ਅਸੀਂ ਜਿੰਤਰਾ ਨਹੀਂ ਖਰਚਾ ਬਹੁਤ ਚਾਹੀਦਾ ਹੂੰ ਉਹਨਾਂ ਖਰਚਾ ਕਿੱਥੋਂ ਆਇਆ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਪ੍ਰਾਈਵੇਟ ਬੈਂਕ ਦਾ ਮਾਲਕ ਜਦੋਂ ਬੁੱਢਾ ਹੋ ਗਿਆ ਜਦੋਂ ਸਭ ਨੂੰ ਕਬਰ ਚ ਲੱਤਾਂ ਜਰੂਰ ਪੰਜਾਬੀ ਚ ਕਹਿ ਦਿਆਂ ਜੀ ਉਦੋਂ ਉਹਨੇ ਇੱਕ ਵਾਰੀ ਆਪਣੇ ਜਿੱਦਾਂ ਕੋਈ ਗੁਨਾਹ ਦਾ اقਬਾਲ ਕਰਦਾ ਪਾਪਾਂ ਦਾ اقਬਾਲ ਕਰਦਾ ਕੰਫੈਸ਼ਨ ਰਿਕਾਰਡ ਕਰਦਾ ਜੀ ਉਦੋਂ ਨੇ ਇਹ ਗੱਲ ਆਖੀ ਸੀ ਕਿ ਮੈਨੂੰ ਜਨਰਲ ਜ਼ਿਆਰ ਹਕ ਨੇ ਆਖਿਆ ਕਿ ਤੂੰ ਆਪਣੇ ਬੈਂਕ ਦੇ ਵਿੱਚੋਂ 1900 ਕਰੋੜ ਰੁਪਏ ਜਾ ਕੇ ਨਵਾਜ਼ ਸ਼ਰੀਫ ਨੂੰ ਦੇ ਕੇ ਆ ਕਿਉਂਕਿ ਨਵਾਜ਼ ਸ਼ਰੀਫ ਦੀ ਪਾਰਟੀ ਜਿਹੜੀ ਚੋਣ ਲੜਦੀ ਪਈ ਆ ਨਵਾਜ਼ ਸ਼ਰੀਫ ਨਹੀਂ ਲੜ ਰਿਹਾ ਉਹ ਚੋਣ ਅਸਲ ਵਿੱਚ ਮੇਰੀ ਆ ਬੇਨਜੀਰ ਦੀ ਪਾਰਟੀ ਨੂੰ ਹਰਾਉਣਾ ਤੇ ਉਹਦੇ ਕਹਿਣ ਦੇ ਉੱਤੇ ਚੋਰੀ ਇਹ ਪੈਸਾ ਨਵਾਜ਼ ਸ਼ਰੀਫ ਨੂੰ ਮੈਂ ਪਹੁੰਚਾ ਕੇ ਆਇਆ ਸੀ ਜੀ ਪੀਪਲਜ਼ ਪਾਰਟੀ ਕਹਿੰਦੀ ਰਹੀ ਕਿ ਉਸ ਬੁੱਢੇ ਬੈਂਕਰ ਦੀਆਂ ਨਾਲ ਗੱਲਾਂ ਦੀ ਪੜਤਾਲ ਹੋਣੀ ਚਾਹੀਦੀ ਕਿਸੇ ਨੇ ਕਰਾਈ ਨਹੀਂ ਤੇ ਨਵਾਜ਼ ਸ਼ਰੀਫ ਨੇ ਤਾਂ ਕਦੇ ਨਾ ਖੰਡਨ ਨਾ ਮੰਡਨ ਕੱਖ ਕੀਤਾ ਹੀ ਨਹੀਂ ਜੀ ਫਿਰ ਜਿਹੜਾ ਮੁਹੰਮਦ ਖਾਨ ਜਿਹਨੇ ਜੋ ਪ੍ਰਧਾਨ ਮੰਤਰੀ ਬਣਾਇਆ ਸੀ ਇਹ ਤੇ ਮੁੱਖ ਮੰਤਰੀ ਸੀ ਨਾ ਨਵਾਜ਼ ਸ਼ਰੀਫ ਜੀ ਜਨਾਬ ਮੁਹੰਮਦ ਖਾਨ ਜਿਹਨੇ ਜੋ ਪ੍ਰਧਾਨ ਮੰਤਰੀ ਬਣਿਆ ਸੀ ਉਹ ਵਿਦੇਸ਼ ਦੌਰੇ ਤੇ ਗਿਆ ਤੇ ਉਹਨੂੰ ਵਿਦੇਸ਼ ਦੌਰੇ ਤੇ ਗਏ ਨੂੰ ਹੀ ਰਾਸ਼ਟਰਪਤੀ ਫੌਜੀ ਰਾਸ਼ਟਰਪਤੀ ਜਨਰਲ ਜ਼ਿਆਉਰ ਹਕ ਨੇ ਡਿਸਮਿਸ ਕਰ ਦਿੱਤਾ ਜਾਣ ਲੱਗਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਸੀ ਫੌਜਾਂ ਨੇ ਉਹਨੂੰ ਸਲੂਟ ਦਿੱਤੇ ਸੀ ਆਉਣ ਲੱਗਿਆ ਸਧਾਰਨ ਪੈਸੰਜਰ ਦੇ ਤੌਰ ਤੇ ਆਇਆ ਤੇ ਪਾਸਪੋਰਟ ਚੱਕਰਾ ਕੇ ਨਿਕਲਣਾ ਪਿਆ ਜੀ ਉਸ ਦੌਰ ਦੇ ਵਿੱਚ ਜਨਰਲ ਜ਼ਿਆਉਰ ਹਕ ਨੇ ਥੋੜਾ ਜਿਹਾ ਇਹਨੂੰ ਹੋਰ ਚੁੱਕਿਆ ਤੇ ਇਹਦਾ ਕਾਰੋਬਾਰ ਵੀ ਵਧਿਆ ਤੇ ਮਿਲਾਂ ਵੀ ਥੋੜਾ ਥੜ ਖਰੀਦੀਆਂ ਨਵਾਜ਼ ਸ਼ਰੀਫ ਉੱਥੋਂ ਤੁਰਿਆ ਸੀ ਠੀਕ ਹੈ ਜੀ ਉਹ ਜਦੋਂ ਇਹ ਗੱਲ ਹੁੰਦੀ ਆ ਕਿ ਨਵਾਜ਼ ਸ਼ਰੀਫ ਉਸਾਮਾ ਬਿਨ ਲਾਦਨ ਤੋਂ ਵੀ ਪੈਸੇ ਲੈ ਗਿਆ ਜੀ ਤੇ ਨਵਾਜ਼ ਸ਼ਰੀਫ ਦੇ ਖਿਲਾਫ ਉਹਦੇ ਬੇਰਜੀਰ ਦੇ ਖਿਲਾਫ ਲਾਏ ਸਾਨੂੰ ਇਹਦੇ ਵਿੱਚ ਸੱਚ ਸੱਚ ਜਾਪਦਾ ਕਿਉਂਕਿ ਪਹਿਲਾਂ ਤੇ ਇਹ ਕਿ ਬੇਰਜੀਰ ਦੇ ਬਾਪ ਨੂੰ ਫਾਂਸੀ ਲੱਗੀ ਸੀ ਤੇ ਉਹਦੀ ਥਾਂ ਤੇ ਉੱਪਰ ਨਵਾਜ਼ ਤੇ ਜਨਰਲ ਜ਼ਿਆਲ ਹਕ ਨਾਲ ਮਿਲ ਕੇ ਜੀ ਤੇ ਇਹ ਸਾਹਮਣੇ ਆਇਆ ਸੀ ਜੀ ਦੂਸਰੀ ਗੱਲ ਇਹ ਕਿ 1995 ਚ ਜਦੋਂ ਮਨੁੱਖੀ ਅਧਿਕਾਰਾਂ ਦਾ ਸਵਾਲ ਕਸ਼ਮੀਰ ਘਾਟੀ ਦਾ ਪਿਆ ਤੇ ਭਾਰਤ ਦੀ ਰਾਜਨੀਤੀ ਸਾਰੀ ਇੱਕ ਸੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਹੁੰਦਾ ਸੀ ਜੀ ਪਰ ਯੂਨੋ ਦੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਵਿੱਚ ਭਾਰਤ ਦਾ ਕੇਸ ਪੇਸ਼ ਕਰਨ ਵਾਸਤੇ ਵਿਰੋਧੀ ਧਿਰ ਦਾ ਸਭ ਤੋਂ ਵੱਡਾ ਲੀਡਰ ਅਟਲ ਵਿਹਾਰੀ ਬਾਜਪਈ ਗਿਆ ਸੀ ਜੀ ਬੇਨ ਜੀ ਨੇ ਇਹ ਗੱਲ ਆਖੀ ਨਵਾਜ਼ ਸ਼ਰੀਫ ਨੂੰ ਕਿ ਜਿੱਦਾਂ ਭਾਰਤੀ ਰਾਜਨੀਤੀ ਇਕੱਠੀ ਆਪਾਂ ਵੀ ਹੋ ਜਾਈਏ ਉਹਨਾਂ ਦਾ ਸਭ ਤੋਂ ਵੱਡਾ ਆਪੋਜੀਸ਼ਨ ਲੀਡਰ ਬਾਜਪਈ ਆ ਨਰਸਿਮਹਾ ਰਾਓ ਦੇ ਕਹਿਣ ਤੇ ਚਲਾ ਗਿਆ ਜੀ ਸਾਡੀ ਆਪੋਜੀਸ਼ਨ ਦਾ ਸਭ ਤੋਂ ਵੱਡਾ ਲੀਡਰ ਤੂੰ ਆ ਤੂੰ ਬਰਾਬਰ ਤੇ ਉੱਥੇ ਜਾ ਕੇ ਪਾਕਿਸਤਾਨ ਦੇ ਪੱਖ ਵਿੱਚ ਬੋਲ ਜੀ ਇਹ ਨਾ ਮੈਨੂੰ ਜਾਂਦਾ ਇਹ ਨਹੀਂ ਗਿਆ ਜਦੋਂ ਇਹਨੇ ਨਾ ਕੀਤੀ ਅਗਲੇ ਦਿਨ ਨੂੰ ਇਹਦੇ ਬਾਪ ਨੂੰ ਜੀ ਬੇਨਜੀਰ ਭੁੱਟੋ ਨੇ ਫੜਿਆ ਤੇ ਉਸੇ ਕੋਰਟ ਜਿੱਤਾਰਤਾ ਜਿਹੜੀ ਕੋਰਟ ਦੇ ਵਿੱਚ ਬੇਨਜੀਰ ਦਾ ਬਾਪ ਜੁਲਫਕਾਰ ਜੁਲਫਕਾਰ ਅਲੀ ਭੁੱਟੋ ਤੜਿਆ ਹੁੰਦਾ ਸੀ ਜੀ ਉਸ ਆਢੇ ਲੱਗੇ ਦੇ ਵਿੱਚ ਬੇਨਜੀਰ ਨੂੰ ਠੱਬੀ ਲਾਉਣ ਵਾਸਤੇ ਉਹਨੂੰ ਸੱਟ ਮਾਰਨ ਵਾਸਤੇ ਉਹਦਾ ਉਹਦਾ ਨੁਕਸਾਨ ਕਰਨ ਵਾਸਤੇ ਜਿਹੜੇ ਪੈਸੇ ਅਮਰੀਕਾ ਤੋਂ ਮਿਲੇ ਉਹ ਵੀ ਨਿਵਾਜ਼ ਸ਼ਰੀਫ ਨੇ ਵਰਤੇ ਹੋਣਗੇ ਜਿਹੜੇ ਉਸਾਮਾ ਬਿਲ ਲਾਜ਼ਮ ਤੋਂ ਮਿਲੇ ਉਹ ਵੀ ਵਰਤੇ ਹੋਣਗੇ ਜਿਹੜੇ ਬੈਂਕਰਾਂ ਤੋਂ ਮਿਲੇ ਉਹ ਵੀ ਵਰਤੇ ਹੋਣਗੇ ਜੀ ਜਦੋਂ ਸ਼ਰਾਪਤ ਛੋੜਦੀ ਮੈਨੇ ਤੇ ਫਿਰ ਸ਼ਰਾਪਤ ਛੋੜਦੀ ਮੈਨੇ ਦੇ ਬਾਅਦ ਫਿਰ ਫਿਰ ਤਾਂ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੁਣ ਜੇ ਇਹ ਵੀ ਅਮਰੀਕਾ ਦਾ ਵੀ ਦਿੱਤਾ ਖਾਈ ਜਾਣਾ ਤੇ ਉਹਦੇ ਨੂੰ ਠੱਬੀ ਵੀ ਲਾਈ ਜਾਣੀ ਹੈ ਚੀਨ ਤੋਂ ਦਿੱਤਾ ਖਾਈ ਜਾਣਾ ਉਹਨੂੰ ਅੱਖਾਂ ਵੀ ਬਕਾਈ ਜਾਣੀਆਂ ਤੇ ਉਸਾਮਾ ਬਿਲ ਲਾਦਨ ਵਰਗੇ ਅੱਤਵਾਦੀ ਦਾ ਦਿੱਤਾ ਖਾਈ ਜਾਣਾ ਤੇ ਭਾਰਤ ਤੋਂ ਪਾਕਿਸਤਾਨ ਦੇ ਬਜਾਇ ਪਨਾਮਾ ਜਾ ਕੇ ਲੁਕਾਈ ਜਾਣਾ ਜੀ ਫਿਰ ਨਵਾਜ਼ شریف ਪਰ ਕੋਈ ਵੀ ਗੱਲ ਪਾਕਿਸਤਾਨ ਦੀ ਰਾਜਨੀਤੀ ਜੋ ਕਹੀ ਜਾਵੇ ਲੋਕ ਸੱਚੀ ਮੰਨਣਗੇ ਕਿ ਬੰਦਾ ਇਦਾਂ ਦਾ ਇੱਕ ਜੀ ਬਿਲਕੁਲ ਜੀ ਸਮਾਂ ਹੋਰ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਹੋਣਿਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮੇਸ਼ਾ ਟੀਵੀ ਦੇ ਨਾਲ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਮਿੰਟ ਸ਼ਾਮੀ ਤੇ ਇਸੇ ਟਾਈਮ ਵੈਨ ਹੋਇਆ ਹੈ ਸਾਰੇ ਦਨ ਸ਼ਕੰਦਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਵਾਗਤ ਹੈ ਅਪਨੋ ਸਭ ਨੂੰ ਅਸੀ ਭਾਰਤ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਨੂਰ ਮਹਿਲ ਦੀ ਮ੍ਰਿਤਕ ਦੇਹ ਦਾ ਜਿਹੜਾ ਕੇਸ ਹੈ ਨਵੀਂ ਸਰਕਾਰ ਬਣੀ ਆ ਉਹ ਕਹਿੰਦੀ ਹੈ ਕਿ ਵੀ ਡੇਰੇ ਵਾਲੇ ਜੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਣਾ ਚਾਹਣ ਤਾਂ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਇਸ ਦੇ ਨਾਲ ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਉਹਦਾ ਕੀ ਰੁਖ ਹੋ ਸਕਦਾ ਹੈ ਤੇ ਉਹਨਾਂ ਦਾ ਮੁੰਡਾ ਹੁਣ ਅੱਗੇ ਕੀ ਸਟੈਪ ਲੈ ਸਕਦਾ ਦੇਖੋ ਜੀ ਨੂਰ ਮਹਿਲ ਦੇ ਉਸ ਡੇਰੇ 'ਚ ਚੱਲ ਜਾਓ ਜਿੱਥੇ ਦਿਵਯਾ ਜੋਤੀ ਜਾਗਰਤੀ ਸੰਸਥਾਨ ਚੱਲਦਾ ਹੈ ਉਹ ਕੰਦੇ ਸਾਡੇ ਮਹਾਰਾਜ ਜੀ ਬਾਬਾ ਅਸ਼ੂਤੋਸ਼ ਜੀ ਨੇ ਪਰ ਨੂਰਮਹਿਲ ਨਕੋਦਰ ਤੇ ਨਾਲ ਲੱਗਦੇ ਪਿੰਡਾਂ 'ਚ ਜੀ ਤੁਹਾਨੂੰ ਇਹੋ ਜਿਹੇ ਬੰਦੇ ਮਿਲ ਜਾਂਦੇ ਆ ਜਿਨ੍ਹਾਂ ਨੂੰ 20 ਸਾਲ ਪਹਿਲਾਂ ਇਹ ਆਸ਼ੂਤੋਸ਼ ਉੱਥੇ ਤੁਰਿਆ ਫਿਰਦਾ ਮਰਦਾ ਹੁੰਦਾ ਸੀ ਜੀ ਇਹਦੇ ਕੋਲ ਗੱਡੀ ਨਹੀਂ ਸੀ ਇਹਦੇ ਕੋਲ ਇੱਕ ਮੋਪਡ ਹੁੰਦੀ ਸੀ ਮੋਪਡੋ ਹੁੰਦੀਆਂ ਸੀ ਜਿਨ੍ਹਾਂ ਦੇ ਉੱਤੇ ਚੜ ਕੇ ਪਹਿਲਾਂ ਪੈਡਲ ਮਾਰੀਦੇ ਸੀ ਪੈਰਾਂ ਨਾਲ ਜੀ ਜਦੋਂ ਸਟਾਰਟ ਹੋ ਜਾਂਦੀ ਸੀ ਫਿਰ ਉੱਤੇ ਬਹਿ ਜਿੱਦਾ ਸੀ ਪੋਲੀ ਪੋਲੀ ਠੱਕ ਠੱਕ ਕਰਦੀ ਤੁਰ ਜਾਂਦੀ ਸਾਈਕਲ ਜਿੰਨਾ ਚੱਲਦੀ ਹੁੰਦੀ ਸੀ ਜੀ ਉਦੋਂ ਇਹ ਪਿੰਡਾਂ ਵਿੱਚ ਜਾਣਾ ਖੇਤਾਂ ਵਿੱਚ ਕਣਕ ਵੜਦਿਆਂ ਕੋਲ ਜਾਣਾ ਤੇ ਜਾ ਕੇ ਆਖਣਾ ਮੈਂ ਤੁਹਾਨੂੰ ਈਸ਼ਵਰ ਦੇ ਦਰਸ਼ਨ ਕਰਾਉਂ ਮੈਂ ਤੁਹਾਨੂੰ ਜੋਤ ਦੇ ਦਰਸ਼ਨ ਕਰਾਉਂ ਇਹਦੇ ਵਿੱਚ ਦੀ ਵੇਖੋ ਜੀ ਤੇ ਲੋਕਾਂ ਉਹਦੇ ਵਿੱਚ ਦੀਆਂ ਅੱਖਾਂ ਲ ਝਾਕਣਾ ਅੱਖਾਂ ਲਾਲ ਹੁੰਦੀਆਂ ਸੀ ਇਹਨੇ ਅੱਖਾਂ ਬਸ ਇੰਨੇ ਚ ਜੋਤ ਹੈ ਜੀ ਇਹ ਰੱਬੀ ਲਾਈਟ ਹੈ ਉਹ ਜਿਹੜੇ ਲਾਈਟਾਂ ਵਿਖਾਉਂਦਾ ਸੀ ਅਜੇ ਤੱਕ ਇਹਨੂੰ ਨੂਰ ਮਹਿਲ ਚ ਲਾਈਟਾਂ ਵਾਲਾ ਬਾਬਾ ਕਹਿੰਦੇ ਲਾਈਟ ਤੋਂ ਜੋਤੀ ਬਣ ਗਈ ਰੱਬੀ ਤੋਂ ਦਿਵਿਆ ਹੋ ਗਈ ਫਿਰ ਦਿਵਿਆ ਜੋਤੀ ਜਾਗਤੀ ਸੰਸਥਾਨ ਹੋ ਗਿਆ ਫਿਰ ਜਦੋਂ ਇਹ ਬਾਬਾ ਪੂਰਾ ਹੋਇਆ ਜੀ ਦੋਬੇ ਚ ਕਦੇ ਮੁੱਕ ਗਿਆ ਮੁੱਕ ਗਿਆ ਉਦੋਂ ਇਹਦੇ ਡੇਰੇ ਵਾਲਿਆਂ ਨੇ ਕਹਿ ਦਿੱਤਾ ਜੀ ਅਸੀਂ ਬਾਬਾ ਜੀ ਦਾ ਸੰਸਕਾਰ ਨਹੀਂ ਕਰਨਾ ਕਿਉਂਕਿ ਬਾਬਾ ਜੀ ਪੂਰੇ ਨਹੀਂ ਹੋਏ ਜੀ ਬਾਬੇ ਦੇ ਤੇ ਡੇਰੇ ਦੇ ਆਪਣੇ ਡਾਕਟਰਾਂ ਨੇ ਕਹਿ ਦਿੱਤਾ ਬਾਬਾ ਖਤਮ ਸਰਕਾਰੀ ਡਾਕਟਰਾਂ ਦੀ ਟੀਮ ਆਈ ਉਹਨਾਂ ਆਖਿਆ ਬਾਬਾ ਜੀ ਕਲੀਨਿਕਲੀ ਡੈੱਡ ਜੀ ਜਦੋਂ ਕਲੀਨਿਕਲੀ ਡੈੱਡ ਦਾ ਕਹਿਤਾ ਤੇ ਪੰਜਾਬੀ ਜੀ ਦਾ ਮਲੋਇਆ ਕਿ ਡਾਕਟਰੀ ਤੌਰ ਤੇ ਬਾਬਾ ਮਰ ਗਿਆ ਜੀ ਚੜ੍ਹਾਈ ਕਰ ਗਿਆ ਜੀ ਉਹਨਾਂ ਨੇ ਲਿਆ ਕੇ ਇੱਕ ਵੱਡਾ ਫ੍ਰੀਜ਼ਰ ਪਹਿਲਾਂ ਰੱਖਿਆ ਤੇ ਫਿਰ ਹੌਲੀ-ਹੌਲੀ ਇੱਕ ਕਮਰੇ ਨੂੰ ਪੂਰਾ ਫ੍ਰਿਜ ਦਾ ਰੂਪ ਦਿੱਤਾ ਜੀ 0 ਡਿਗਰੀ ਟੈਂਪਰੇਚਰ ਤੇ ਬਾਬੇ ਦੀ ਡੈੱਡ ਬਾਡੀ ਰੱਖੀ ਹੋਈ ਆ ਤੇ ਕਹਿੰਦੇ ਸੰਸਕਾਰ ਨਹੀਂ ਕਰਨਾ ਬਾਬਾ ਜੀ ਸਮਾਧੀ ਚ ਜੀ ਹਾਈ ਕੋਰਟ ਦੇ ਵਿੱਚ ਇੱਕ ਕੇਸ ਆ ਗਿਆ ਪਹਿਲਾਂ ਉਹਦੇ ਡਰਾਈਵਰ ਵੱਲੋਂ ਕਿ ਮੈਂ ਬਾਬੇ ਦਾ ਡਰਾਈਵਰ ਹੁੰਦਾ ਸਾਂ ਬਾਬੇ ਦੇ ਨਾਲ ਬਾੜੇ ਬੰਦੇ ਲੱਗੇ ਤੋ ਨਾ ਮੈਨੂੰ ਕੱਢਤਾ ਜੀ ਮੇਰਾ ਬਾਬੇ ਦਾ ਪਿਆਰ ਹੈ ਬਾਬੇ ਦਾ ਅੰਤਮ ਸੰਸਕਾਰ ਹੋਣਾ ਚਾਹੀਦਾ ਜੀ ਉਹ ਕਿਸੇ ਤਰੀਕੇ ਕੋਈ ਵਾਰਸ ਨਹੀਂ ਸੀ ਬਣਦਾ ਫਿਰ ਉਹਨੇ ਚਿਰ ਨੂੰ ਬਾਬੇ ਦਾ ਪੁੱਤਰ ਆ ਗਿਆ ਉਹਨੇ ਆਖਿਆ ਜੀ ਮੈਂ ਉਹਦਾ ਪੁੱਤ ਆ ਸਾਡੀ ਟੈਲੀਫੋਨ ਤੇ ਵੀ ਗੱਲ ਹੁੰਦੀ ਰਹੀ ਹੈ ਡੇਰੇ ਵਾਲੇ ਝੂਠ ਬੋਲਦੇ ਆ ਕਿ ਉਹਨੇ ਸਾਰੇ ਸਬੰਧ ਤੋੜ ਲਏ ਸੀ ਜੀ ਅਸੀਂ ਫੋਨ ਤੇ ਵੀ ਗੱਲ ਕਰਦੇ ਹਾਂ ਤੁਸੀਂ ਰਿਕਾਰਡ ਤੱਕ ਡਾਓ ਉਹਦੇ ਫੋਨ ਦਾ ਘੜਾ ਲਓ ਮੇਰੇ ਫੋਨ ਦਾ ਘੜਾ ਲਓ ਜੀ ਮੇਰਾ ਬਾਪ ਸੀ ਹੁਣ ਤੱਕ ਠੀਕ ਹੈ ਡੇਰੇ ਦਾ ਮੁਖੀ ਸੀ ਇਹ ਉਹਦੀ ਮਿੱਟੀ ਫਰਾਵ ਕਰਨਾ ਚਾਹੁੰਦੇ ਮੈਂ ਆਪਣੇ ਬਾਪ ਦਾ ਅੰਤਮ ਸੰਸਕਾਰ ਕਰਨਾ ਚਾਹੁੰਦਾ ਉਹਦੀਆਂ ਅੰਤਮ ਰਸਮਾਂ ਕਰਨਾ ਚਾਹੁੰਦਾ ਮੈਨੂੰ ਮਿਲਣਾ ਚਾਹੀਦਾ ਬਿਲਕੁਲ ਹਾਈ ਕੋਰਟ ਚ ਬਹਿਸ ਚੱਲਦਿਆਂ ਚੱਲਦਿਆਂ ਸਿੰਗਲ ਜੱਜ ਦੇ ਬੈਂਚ ਨੇ ਇੱਕ ਮੌਕੇ ਤੇ ਆਰਡਰ ਕਰ ਦਿੱਤਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਰੰਧ ਦਾ ਡਿਪਟੀ ਕਮਿਸ਼ਨਰ ਤੇ ਲੋਕਲ ਮਿਊਸਪਲ ਕਮੇਟੀ ਜੀ ਇਹ ਪ੍ਰਬੰਧ ਕਰਨ ਤੇ ਬਾਬੇ ਦੀ ਦੇਹ ਜਿਹੜੀ ਹੈ ਉਹਦਾ ਅੰਤਮ ਸੰਸਕਾਰ ਕਰ ਦਿੱਤਾ ਜਾਵੇ ਜੀ ਡੇਰੇ ਵੇਲੇ ਫਟਾਫਟ ਹਾਈ ਕੋਰਟ ਤੇ ਰਿਵਿਊ ਪਟੀਸ਼ਨ ਪਾਉਣ ਚਲੇਗੇ ਕਿ ਸਿੰਗਲ ਜੱਜ ਦਾ ਬੈਂਚਦਾਰਾ ਫੈਸਲਾ ਉਹ ਗਲਤ ਹੈ ਇਹਦਾ ਰਿਵਿਊ ਹੋਣਾ ਚਾਹੀਦਾ ਜੀ ਇਹਦੀ ਸ਼ਿਕਾਇਤ ਕਿਦਾਂ ਕੀਤਾ ਜਾ ਸਕਦਾ ਜਦੋਂ ਡਬਲ ਜੱਜ ਜਿਹੜੇ ਦੋ ਜੱਜਾਂ ਦਾ ਡਬਲ ਬੈਂਚ ਬਣਿਆ ਜੀ ਉਹ ਪੰਜਾਬ ਸਰਕਾਰ ਨੇ ਜਾ ਕੇ ਦੂਸਰਾ ਸਟੈਂਡਰਡ ਜੀ ਸਿੰਗਲ ਜੱਜ ਜਿਹੜਾ ਉਹਦੇ ਬੈਂਚ ਨੇ ਫੈਸਲਾ ਗਲਤ ਕੀਤਾ ਉਹ ਸਾਨੂੰ ਕਹਿੰਦੇ ਆ ਜਾ ਕੇ ਤੁਸੀਂ ਸਰਕਾਰ ਕੋ ਸਾਡਾ ਕੰਮ ਹੀ ਕੋਈ ਨਹੀਂ ਉਸ ਵੇਲੇ ਬਾਦ ਸਰਕਾਰ ਨੂੰ ਬਾਦ ਸਰਕਾਰ ਜੀ ਬਹੁਤ ਘੱਟ ਕੰਮ ਇਸ ਤਰ੍ਹਾਂ ਦੇ ਬਾਦ ਬਾਦਲ ਸਾਹਿਬ ਦੇ ਵੇਲੇ ਹੁੰਦੇ ਆ ਜੀ ਇਹ ਬਾਦਲ ਸਾਹਿਬ ਦੇ ਵੇਲੇ ਸੀ 1977 ਚ ਕਿ ਦਮਦਨ ਟਕਸਾਲ ਦਾ ਮੁਖੀ ਜਿਹੜਾ ਸੀ ਉਹ ਗੁਜਰ ਗਿਆ ਤੇ ਜਿਹੜਾ ਉਹਦੀ ਥਾਂ ਤੇ ਬੈਠਾ ਉਹਨੂੰ ਪੱਗ ਨਾ ਦਿੱਤੀ ਤੇ ਦੂਸਰੇ ਨੂੰ ਜਾ ਕੇ ਦਸਤਾਰ ਭੇਟ ਕਰ ਦਿੱਤੀ ਮੁੜ ਕੇ ਰੋਲਾ ਪੈ ਗਿਆ ਦਸਤਾਰ ਕਿਸੇ ਨੂੰ ਭੇਟ ਕੀਤੀ ਤੁਰ ਕਿਸੇ ਨਾਲ ਪਏ ਜੀ ਆ ਹੁਣ ਵੀ ਬਾਦਲ ਸਾਹਿਬ ਦੀ ਸਰਕਾਰ ਸੀ ਜਦੋਂ ਬਾਬਾ ਠਾਕੁਰ ਸਿੰਘ ਚੜ੍ਹਾਈ ਕਰ ਗਿਆ ਉਹਦੇ ਸਾਥ ਤੇ ਦੋ ਜਣੇ ਦੇ ਦਸਤਾਰਾਂ ਬੰਨ ਲਿਆ ਕਦੇ ਬਾਦਲ ਸਾਹਿਬ ਉਹਦੇ ਹੁੰਦੇ ਕਦੇ ਬਾਦਲ ਸਾਹਿਬ ਨੇ ਹੁੰਦੇ ਖੈਰ ਆਪਾਂ ਨੂਰ ਮਹਿਲ ਤੇ ਹੈਗੇ ਜੀ ਬਾਦਲ ਸਾਹਿਬ ਦਾ ਤੇ ਇਦਾਂ ਦਾ ਕੰਮ ਰਿਹਾ ਪਰ ਹੁਣ ਨਵੀਂ ਸਰਕਾਰ ਵੀ ਆ ਗਈ ਜੀ ਨਵੀਂ ਸਰਕਾਰ ਨੇ ਵੀ ਕਹਿਤਾ ਤੇ ਬਾਦਲ ਸਾਹਿਬ ਨੇ ਵੀ ਇਹ ਕਹਿਤਾ ਕਿ ਸਾਡਾ ਕੰਮ ਸਰਕਾਰ ਦੇ ਤੌਰ ਤੇ ਇਹ ਆ ਕਿ ਜੇ ਰਾਜ ਕੋਈ ਪਈ ਲਵਾਰਸ ਡੈਡ ਬਾਡੀ ਮਿਲੇ ਤੇ ਉਹਦਾ ਸੰਸਕਾਰ ਅਸਾਂ ਕਰਨਾ ਮਿਊਸਪਲ ਕਾਰਪੋਰੇਸ਼ਨ ਨੇ ਕਮੇਟੀ ਨੇ ਕਰਨਾ ਜੀ ਇਹ ਬਾਬਾ ਆਸ਼ੂਤੋਚ ਦੇ ਲਵਾਰਸ ਨਹੀਂ ਸੀ ਇੱਕ ਤਾਂ ਡੇਰੇ ਵਾਲੇ ਕਹਿੰਦੇ ਸਾਡੇ ਬਾਬਾ ਜੀ ਸੀ ਜੀ ਤੇ ਜਦੋਂ ਉਹਦੇ ਵਾਰਸ ਹੈਗੇ ਆ ਤੇ ਅਸੀਂ ਕਿਦਾਂ ਕਰ ਸਕਦੇ ਦੂਸਰਾ ਪੁੱਤਰ ਮੌਜੂਦ ਹੈ ਔਰ ਡੇਰੇ ਵਾਲੇ ਜਣ ਤੇ ਪੁੱਤਰ ਜਾਣੇ ਇਹਨਾਂ ਦੋਵਾਂ ਦੇ ਵਿਚਾਲੇ ਮੁਕਦਮਾ ਚੱਲਦਾ ਅਸੀਂ ਇਸ ਮੁਕਦਮੇ 'ਚ ਕਿਸੇ ਪਾਸਿਓਂ ਕਿਸੇ ਕਿਸ ਦੀ ਕੋਈ ਤੇਰੀ ਨਹੀਂ ਇਹ ਸੰਸਕਾਰ ਕਰਨ ਦਾ ਸਾਡਾ ਕੋਈ ਕੰਮ ਨਹੀਂ ਹਾਈ ਕੋਰਟ ਜਾਣੇ ਇਹ ਦੋਵੇਂ ਤਰ੍ਹਾਂ ਜਾਣਣ ਜੇ ਤੁਸੀਂ ਆਰਡਰ ਕਰ ਦਿਓ ਕਿ ਜਦੋਂ ਸੰਸਕਾਰ ਹੋਣਾ ਹੈ ਅਸੀਂ ਪੁਲਿਸ ਦਾ ਪ੍ਰਬੰਧ ਕਰ ਦੇਾਂਗੇ ਬਾਕੀ ਸਾਡਾ ਇੱਥੇ ਕੋਈ ਰੋਲ ਨਹੀਂ ਜੀ ਫਿਰ ਇਹ ਤਾਂ ਬੈਸ ਚੱਲ ਪੇ ਬਹਿ ਚਲਦਿਆਂ ਚਲਦਿਆਂ ਜਿਹੜੇ ਜੱਜ ਸਾਹਿਬਾਂਸੀ ਉਹਨਾਂ ਨੇ ਡੇਰੇ ਵਾਲਾ ਨੂੰ ਪੁੱਛਿਆ ਕਿ ਤੁਸੀਂ ਇਲਾਜ ਰੱਖਣੀ ਕਿਉਂ ਚਾਹੁੰਦੇ? ਕਹਿੰਦੇ ਜੀ ਬਾਬਾ ਜੀ ਨੇ ਇੱਕ ਦਿਨ ਆਏ ਨਾ ਵਾਪਸ। ਜੀ ਉਹ ਕਹਿੰਦੇ ਕਿੰਦਾ ਆਇਆ? ਕਹਿੰਦੇ ਜੀ ਬਾਬਾ ਜੀ ਸਮਾਧੀ 'ਚ ਆ। ਜੀ ਉਹ ਕਹਿੰਦੇ ਸਮਾਧੀ 'ਚ ਆ ਤੇ ਫਿਰ ਫਰਿੱਜ ਵਿੱਚ ਕਿਉਂ ਬਾਬੇ ਨੂੰ ਤੋਹ ਲਾਇਆ? ਕਹਿੰਦੇ ਪੁਰਾਣੇ ॠषि मुनि ਜਾ ਕੇ ਪਹਾੜਾਂ 'ਚ ਬਰਫ਼ਾਂ ਦੇ ਵਿਚਾਲੇ ਬਹਿ ਕੇ ਤਪ ਕਰਦੇ ਸੀ। ਜੀ ਹੁਣ ਅਸੀਂ ਬਰਫ਼ਾਂ ਵਰਗਾ ਉੱਥੇ ਮੌਸਮ ਨੂੰ ਦੇ ਦਿੱਤਾ। ਉਹ ਪੁੱਛਿਆ ਜੀ ਬਾਬਾ ਜੀ ਕਿੰਨਾ ਚਿਰ ਤੱਕ ਸਮਾਧੀ 'ਚ ਰਹਿਣਗੇ? ਕਹਿੰਦੇ ਜੀ ਕੀ ਪਤਾ? ਉਹਨਾਂ ਦੀ ਆਤਮਾ ਦੀ ਗੱਲ ਹੈ ਅਸੀਂ ਉਹਦੇ 'ਚ ਕੋਈ ਦਖਲ ਨਹੀਂ ਦੇ ਸਕਦੇ। ਉਹ ਗੱਲ ਠੀਕ ਵੀ ਹੈ। ਜੀ। ਉਹ ਇੱਕ ਜਰਮਨ ਸੱਜਣ ਨੇ ਸਾਡੇ ਕੁੰਭ ਦੇ ਮੇਲੇ ਤੇ ਜਾ ਕੇ ਆਖਿਆ ਸੀ ਕਿ ਉੱਥੇ ਇੱਕ ਸਾਧੂ ਬੈਠਾ ਸੀਗਾ ਆਪਣੇ ਕੋਲ ਫੱਟਾ ਲਾ ਕੇ। ਜੀ। ਫੱਟੇ ਤੇ ਲਿਖਿਆ ਸੀ ਕਿ ਪਿਛਲੇ 500 ਸਾਲ ਤੋਂ ਬਾਬਾ ਜੀ ਸਮਾਧੀ 'ਚ। ਉਹ ਕਹਿੰਦੇ ਅਸੀਂ ਲਾਗੇ ਬੈਠੇ ਸੇਵਕ ਤੋਂ ਪੁੱਛਿਆ। ਜੀ। ਤੇ ਵੀ ਇਹ ਬਾਬਾ ਜੀ ਸੱਚੀ ਮੁੱੱਚੀ 500 ਸਾਲ ਤੋਂ ਸਮਾਧੀ 'ਚ ਹੋਣਗੇ। ਤੇ ਸੇਵਕ ਕਹਿੰਦਾ ਜੀ ਯਕੀਨੀ ਕਰਨਾ ਪਉ ਮੈਨੂੰ ਤੇ ਜੇ ਇੱਥੇ ਆਏ ਨੂੰ 350 ਸਾਲ ਹੋਇਆ ਜੀ ਤੇ ਜੇ ਸੇਵਾਦਾਰ ਉੱਥੇ ਬੈਠੇ ਨੂੰ 350 ਸਾਲ ਹੋ ਗਿਆ ਤੇ ਬਾਬਾ ਦੇ 500 ਚ ਹੋਵੇਗਾ ਜੀ ਉਸ ਜਰਮਨ ਨੇ ਨੈਟ ਦੇ ਉੱਤੇ ਜਾ ਕੇ ਟੋਟਕਾ ਪਾਤਾ ਇਹ ਜੋਕ ਹੈ ਮਜ਼ਾਕ ਆ ਜੀ ਔਰ ਮਜ਼ਾਕ ਵੀ ਕਈ ਵਰੀ ਹੱਥੋਂ ਅਗੇ ਲੰਘ ਜਾਂਦਾ ਉਹਨੂੰ ਅਸੀਂ ਪਾਸੇ ਚੜ੍ਹ ਗਏ ਜੀ ਪਰ ਇਹ ਨੂਰ ਮਹਿਲ ਬੜਾ ਹੈ ਜਦੋਂ ਉਹ ਕਹਿੰਦੇ ਆ ਜੀ 200 ਸਾਲ ਹੋ ਉਸਾ 500 ਸਾਲ ਹੋ ਕਿੰਨੇ ਵੀ ਹੋਸਾ ਸਮਾਦੀ ਬਾਰੇ ਅਸੀਂ ਕਿਦਾਂ ਦੱਸ ਸਕਦੇ ਆ ਜੀ ਉਹ ਆਪਣੀ ਜਿੱਤ ਤੇ ਰਹਿ ਔਰ ਨਵੀਂ ਸਰਕਾਰ ਆ ਗਈ ਨਵੀਂ ਸਰਕਾਰ ਨੂੰ ਪੁੱਛਿਆ ਗਿਆ ਉਹ ਕਦੇ ਜਦੋਂ ਕੋਈ ਅਮਨ ਕਾਨੂੰਨ ਦੀ ਸਮੱਸਿਆ ਨਹੀਂ ਜੀ ਕੋਈ ਦਾ ਵਿਰੋਧ ਨਹੀਂ ਕਰ ਰਿਹਾ ਕੋਈ ਲਾਸ਼ ਨੂੰ ਤੋੜ ਨਹੀਂ ਰਿਹਾ ਕੋਈ ਬਦਬਈ ਸੰਸਕਾਰ ਨਹੀਂ ਕਰਨਾ ਚਾਹੁੰਦਾ ਡੇਰੇ ਵਾਲੇ ਰੱਖਣਾ ਚਾਹੁੰਦੇ ਰੱਖਣ ਦੁਨੀਆਂ ਚ ਹੋਰ ਵੀ ਕਈਆਂ ਥਾਵਾਂ ਤੇ ਲੋਕਾਂ ਨੇ ਲਾਸ਼ਾਂ ਸੰਭਾਲ ਕੇ ਰੱਖੀਆਂ ਜੀ ਇਹਨਾਂ ਦੇ ਮੰਨ ਦੇ ਆਜ਼ਾਦੀ ਹੈ ਜੇ ਜ਼ੀਰੋ ਟੈਂਪਰੇਚਰ ਤੇ ਰੱਖਣਾ ਚਾਹੁੰਦੇ ਰੱਖੀ ਜਾਣ ਸਾਡੀ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਜੀ ਨਾ ਸੀ ਜ਼ਬਰਦਸਤੀ ਸੰਸਕਾਰ ਕਰਾਉਣ ਜਾਣਾ ਨਾ ਸੀ ਉਹਦਾ ਰੁਕਣਾ ਜੀ ਡੇਰੇ ਵਾਲੇ ਕੱਲ ਨੂੰ ਕਹਿਣਗੇ ਅਸੀਂ ਕਰਨ ਲੱਗੇ ਅਸੀਂ ਪ੍ਰਬੰਧ ਕਰ ਦਿਆਂਗੇ ਜੀ ਪਰ ਕਈਆਂ ਹੋਰ ਨਾ ਥਾਵਾਂ ਤੇ ਵੀ ਲੋਕਾਂ ਨੇ ਰੋਕ ਕੇ ਜੇ ਇਹ ਲਾਸ਼ ਰੋਕੀ ਜਾਂ ਇਦੇ ਉੱਤੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਇਤਰਾਜ਼ ਹੈ ਨਹੀਂ ਜੋ ਕਰਦੇ ਕਰਨ ਦਿਓ ਬਾਕੀ ਅਦਾਲਤ ਜਾਣ ਜੀ ਸਮਾਂ ਹੋਰ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਸਿਵਾਪਸ ਆਉਣਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨਕੂ ਸਾਰੇ ਦਰਸ਼ਕਾਂ ਦਾ ਬ੍ਰੇਕਤਵਾਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਅ ਪੰਨੂ ਸਾਹਿਬ ਭਾਰਤ ਦੀਆਂ ਜਿੰਨੀਆਂ ਵੀ 에ਅਰਲਾਈਨਸ ਹੈਗੀਆਂ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਵੀ ਬਦਸਲੂਕੀ ਕਰਨ ਵਾਲੇ ਮੁਸਾਫਰ ਹੈਗੇ ਉਹਨਾਂ ਨੂੰ ਨੋ ਫਲਾਈਂਗ ਲਿਸਟ ਵਿੱਚ ਪਾ ਕੇ ਉਹਨਾਂ ਨੂੰ ਕਿਸੇ ਵੀ ਜਹਾਜ਼ ਤੇ ਚੜਨ ਤੋਂ ਰੋਕਿਆ ਜਾਵੇ ਹੁਣ ਗੁਜਰਾਤ ਦੇ ਡਿਪਟੀ ਮੁੱਖ ਮੰਤਰੀ ਹੈਗੇ ਉਹਨਾਂ ਦਾ ਮੁੰਡਾ ਟੋਨ ਹੋ ਕੇ ਜਹਾਜ਼ ਤੇ ਚੜਿਆ ਗੁਜਰਾਤ ਵਿੱਚ ਤਾਂ ਸ਼ਰਾਬ ਬੰਦੀ ਹੈ ਫਿਰ ਇੰਨੀ ਸ਼ਰਾਬ ਕਿੱਥੋਂ ਆ ਗਈ ਉਹਨਾਂ ਕੋਲ ਦੇਖੋ ਇੱਥੇ ਪਹਿਲਾਂ ਵੀ ਕਦੇ-ਕਦੇ ਇਸ ਤਰ੍ਹਾਂ ਦੀ ਬਦਤਮੀਜ਼ੀ ਦੀਆਂ ਰਿਪੋਰਟਾਂ ਆਉਂਦੀਆਂ ਸਨ ਇੱਕ ਵਾਰੀ ਤਾਮਿਲਨਾਡੂ ਦਾ ਇੱਕ ਐਮਪੀ ਇਸ ਚੱਕਰ ਵਿੱਚ ਫਸ ਗਿਆ ਕਿ ਉਹਨੇ ਜਾਜਦੇ ਵਿੱਚ ਕਰੂਨਲ ਬਦਤਮੀਜ਼ੀ ਕੀਤੀ ਉਹਦੀ ਗ੍ਰਿਫਤਾਰੀ ਵੀ ਹੋਈ ਉਹਨੂੰ ਜੇਲ੍ਹ ਵੀ ਜਾਣਾ ਪਿਆ ਜੀ ਅੱਪ ਪਿਛਲੇ ਤੋਂ ਪਿਛਲੇ ਮਹੀਨੇ ਇੱਕ ਐਮਪੀ ਸ਼ਿਵਸੇਨਾ ਦਾ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਸਰਕਾਰ 'ਚ ਕੇਂਦਰ 'ਚ ਵੀ ਸ਼ਾਮਲ ਹੈ ਤੇ ਮਹਾਰਾਸ਼ਟਰ 'ਚ ਵੀ ਹੈ ਜੀ ਉਹਨੇ 에ਅਰ ਇੰਡੀਆ ਦੇ ਮੈਨੇਜਰ ਨੂੰ ਕੋਟਿਆ ਤੇ ਫਿਰ ਨਾਲ ਬਾਹਰ ਆ ਕੇ ਆਖਿਆ ਇੰਨੇ ਛੇਤਰ ਮੈਂ ਗਿਣ-ਗਣ ਕੇ ਮਾਰੇ ਉਹਦੇ ਖਿਲਾਫ ਕਾਰਵਾਈ ਨਹੀਂ ਸੀ ਹੋ ਰਹੀ ਜੀ ਸਾਰੀਆਂ 에ਅਰਲਾਈਨ 에ਅਰ ਇੰਡੀਆ ਤੋਂ ਸ਼ੁਰੂ ਕਰਕੇ ਸਾਰਿਆਂ ਨੇ ਉਹਦਾ ਨਾਂ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਕਿ ਇਹਨੂੰ ਅੱਗੇ ਤੋਂ ਅਸੀਂ ਯਾਤਰੀ ਨਹੀਂ ਚੜਾਉਣਾ ਜੀ ਜਿਹੜੀ 에ਅਰਲਾਈਨ ਕੋਲ ਜਾਵੇ ਕਮਿਊਨਿਟੀ ਟੈਕਸ ਚਾਹੀਦੀ ਆਖਣ ਤੈਨੂੰ ਨਹੀਂ ਚੜਾਉਣਾ ਜੀ ਤੇਰਾ ਕੋ ਪਤਾ ਨਹੀਂ ਰੇਲ ਤੇ ਵੀ ਦੋ ਵਾਰੀ ਸਫ਼ਰ ਕਰਨਾ ਪਿਆ ਕਾਰਾਂ ਤੇ ਵੀ ਕਰਨਾ ਪਿਆ ਜੀ ਅਖੀਰ ਇੱਕ ਸਮਝੌਤਾ ਹੋ ਗਿਆ ਸਮਝੌਤੇ ਦੀ ਗੱਲ ਖਤਮ ਹੋ ਗਈ ਹੁਣ 에어ਲਾਈਨਾਂ ਨੇ ਇੱਕ ਪੱਕਾ ਫੈਸਲਾ ਕਰ ਲਿਆ ਕਿ ਜਿਹੜਾ ਕੋਈ ਇਸ ਤਰ੍ਹਾਂ ਦਾ ਪੈਸੰਜਰ ਹੋਵੇ ਉਹਨੂੰ ਅਸੀਂ ਨਹੀਂ ਚੜਾਉਣਾ ਜੀ ਤੇ ਅੱਗੇ ਤੋਂ ਇੱਕ ਨੋ ਫਲਾਈ ਲਿਸਟ ਬਣਾਉ ਉਹਦੇ ਵਿੱਚ ਇੱਕ ਵਾਰੀ ਉਹਦਾ ਨਾਮ ਪਾਤਾ ਸੋ ਪਾਤਾ ਮੁਰਦੂ ਕਟਣਾ ਮਤ ਜੀ ਜੁਰਮਾਨਾ ਵੀ ਹੈ ਸਜ਼ਾ ਜੇਲ੍ਹ ਤੇ ਵੀ ਹੋ ਸਕਦੀ ਜੀ ਉਹਦੇ ਤੋਂ ਬਾਅਦ ਦਾ ਜਿਹੜਾ ਪਹਿਲਾ ਕੇਸ ਆ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਪਣੇ ਸਟੇਟ ਗੁਜਰਾਤ ਤੋਂ ਆਇਆ ਜੀ ਉੱਥੇ ਡਿਪਟੀ ਮੁੱਖ ਮੰਤਰੀ ਨਿਤਨ ਪਟੇਲ ਆ ਉਹਦਾ ਪੁੱਤਰ ਕਤਰ 에어 ਵੇਜ ਦੇ ਜਹਾਜ਼ ਤੇ ਚੜ੍ਹਨ ਗਿਆ ਗੁਜਰਾਤ ਦੀ ਰਾਜਧਾਨੀ ਦੇ ਇੰਟਰਨੈਸ਼ਨਲ 에어ਪੋਰਟ ਤੋਂ ਜੀ ਤੇ ਉਹਨੇ ਅਗੋਂ ਆਖਿਆ ਜੀ ਮੁੰਡੇ ਤੋਂ ਤਾਂ ਤੁਰਿਆ ਨਹੀਂ ਜਾਂਦਾ ਐਨੀ ਜਿਆਦੀ ਪੀਤੀ ਐ ਟਨ ਹੋਇਆ ਪਿਆ ਨਹੀਂ ਜਣਾ ਪਹਿਲਾਂ ਜੋੜ ਲਾਉਂਦੇ ਚੜਾਓ ਜੀ ਜਦੋਂ ਉਹਨੇ ਆਖਿਆ ਖਬਰਦਾਰ ਹਸਨ ਚੜਾਅ ਵਿੱਚ ਜਾ ਕੇ ਕੋਈ ਬਦਤਮੀਜ਼ੀ ਕਰੇ ਉਹਨੇ ਵਾਪਸ ਮੋੜ ਦਿੱਤਾ ਜੀ ਉਹਨੇ ਚੰਨ ਨੂੰ 에어ਪੋਰਟ ਤੇ ਰੌਲਾ ਪੈ ਗਿਆ ਫਿਰ ਉਹਦੀ ਘਰ ਵਾਲੀ ਨਾਲ ਸੀ ਬਾਕੀ ਲੋਕ ਨਾਲ ਸੀ ਫਟਾਫਟ ਫੜ ਕੇ ਘਰ ਲੈ ਗਏ ਜੀ ਘਰ ਜਾਣ ਤੋਂ ਬਾਅਦ ਡਿਪਟੀ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਨਹੀਂ ਜੀ ਮੁੰਡੇ ਦੀ ਸਿਹਤ ਖਰਾਬ ਸੀ ਦੋ ਅਰੀ ਝੂਲਿਆ ਉਹਦੀ ਘਰ ਵਾਲੀ ਲੈ ਆਈ ਔਰ ਮੇਰੀ ਵਾਈਫ ਨੇ ਵੀ ਆਪਣੇ ਪੁੱਤਰ ਨੂੰ ਹੀ ਆਖਿਆ ਕਿ ਤੂੰ ਬੇਟਾ ਵਾਪਸ ਆ ਜਾ ਤੇ ਤਾਂ ਆ ਗਿਆ ਜਿੱ ਕੋਈ ਪੀਤੀ ਨਹੀਂ ਇਹ ਗੱਲ ਝੂਠ ਹੈ ਪੀਤੀ ਆ ਉਹਨੇ ਜੀ 에어ਪੋਰਟ ਤੇ ਸਭ ਨੂੰ ਪਤਾ ਲੱਗਾ ਕਿ ਪੀਤੀ ਆ ਤੇ ਇੰਨੀ ਪੀਤੀ ਆ ਕਿ ਸੰਭਲਿਆ ਨਹੀਂ ਜਾਂਦਾ ਜੀ ਹੁਣ ਸਵਾਲ ਇਹ ਉੱਠਦਾ ਕਿ ਗੁਜਰਾਤ ਤਾਂ ਸ਼ਰਾਬ ਬੰਦੀ ਉੱਥੇ ਸ਼ਰਾਬ ਮਿਲਦੀ ਨਹੀਂ ਤੇ ਉਹਨੇ ਪੀਤੀ ਕਿੱਥੋਂ ਬਿਲਕੁਲ ਜੀ ਆਮ ਲੋਕਾਂ ਨੂੰ ਨਹੀਂ ਮਿਲਦੀ ਜੀ ਹਰ 2-3 ਸਾਲਾਂ ਬਾਅਦ ਇੱਕ ਵਾਰੀ ਛਾਪੇ ਪੈਂਦੇ ਛਾਪਿਆਂ 'ਚ ਸ਼ਰਾਬ ਨਹੀਂ ਫੜੀ ਜਾਂਦੀ ਸ਼ਰਾਬ ਦੇ ਗੋਦਾਮ ਫੜੇ ਜਾਂਦੇ ਆ ਫਿਰ ਉਹਨਾਂ ਗੋਦਾਮਾਂ ਤੇ ਬਲਡੋਜ਼ਰ ਫੇਰੇ ਜਾਂਦੇ ਆ ਨੈੱਟ ਦੇ ਉੱਤੇ ਸਾਰੀਆਂ ਫੋਟੋ ਪਈਆਂ ਨੇ ਜੀ ਰਿਪੋਰਟਾਂ ਵੀ ਪਈਆਂ ਔਰ ਜਿੰਨੀ ਵਾਰੀ ਫੜੇ ਗਿਆ ਹਰ ਵਾਰੀ ਇੱਕ ਜਾਂ ਦੂਸਰਾ ਕੋਈ ਨਾ ਕੋਈ ਬੀਜੇਪੀ ਦਾ ਐਮਐਲਏ ਉੱਚ ਸ਼ਾਮਲ ਹੁੰਦਾ ਉਹ ਗਦਾਮ ਉਹਨਾਂ ਦੇ ਹੁੰਦੇ ਆ ਜੀ ਲੋਕ ਕੀ ਕਹਿੰਦੇ ਆ ਕਹਿੰਦੇ ਜੀ ਬਾਕੀ ਸਮਾਜ ਤੇ ਠੇਕਿਆਂ ਤੋਂ ਜਾ ਕੇ ਸ਼ਰਾਬ ਲਿਆਉਣੀ ਪੈਂਦੀ ਆ ਗੁਜਰਾਤ ਵਿੱਚ ਹੋਮ ਡਿਲੀਵਰੀ ਆ ਜਿਨ੍ਹਾਂ ਨੇ ਪੀਣੀ ਆ ਜੀ ਸਿਆਸੀ ਲੀਡਰ ਖਾਸ ਕਰਕੇ ਰਾਜ ਕਰਦੀ ਪਾਰਟੀ ਭਾਜਪਾ ਨਾਲ ਜੁੜੇ ਹੋਏ ਲੀਡਰ ਕਰੋ ਘਰੀ ਪਚਾਉਂਦੇ ਆ ਜੀ ਕਿਉਂਕਿ ਘਰੋ ਘਰੀ ਪਹੁੰਚਾਉਂਦੇ ਆ ਉਹਨਾਂ ਨੂੰ ਕੋਈ ਨਹੀਂ ਫੜਦਾ ਜਿਹੜਾ ਕੋਈ ਇੱਕ ਅੱਧਾ ਸਰਕਾਰ ਨਾਲ ਨਾਰਾਜ਼ ਹੁੰਦਾ ਉਹਦੇ ਗੋਦਾਮ ਤੇ ਛਾਪਾ ਵੱਜਦਾ ਬਾਕੀ ਕਾਰੋਬਾਰ ਚੱਲਦਾ ਰਹਿੰਦਾ ਇਸ ਕਰਕੇ ਇਹਨਾਂ ਵੱਡੇ ਲੋਕਾਂ ਦੇ ਘਰਾਂ 'ਚ ਹੋਮ ਡਿਲੀਵਰੀ ਹੋ ਰਹੀ ਉਹ ਤੋਂ ਕਿੰਨੇ ਜੀ ਬਿਲਕੁਲ ਜੀ ਆ ਜਿਹੜੇ ਕੋਲਪੋਸ਼ਨ ਯਾਦਵ ਨੂੰ ਪਾਕਿਸਤਾਨ ਦੀ ਫੌਜ ਨੇ ਫੜਿਆ ਸੀ ਤੇ ਫਿਰ ਫਾਂਸੀ ਦੀ سزا ਸੁਣਾ ਦਿੱਤੀ ਸੀ ਭਾਰਤ ਨੇ ਸੰਸਾਰ ਅਦਾਲਤ ਨੂੰ ਅਪੀਲ ਕੀਤੀ ਤੇ ਸੰਸਾਰ ਅਦਾਲਤ ਨੇ ਉਸ ਤੇ ਸਟੇ ਦੇ ਦਿੱਤੀ ਹੁਣ ਇੱਕ ਪਾਸੇ ਪਾਕਿਸਤਾਨ ਦੀ ਜਿਹੜੀ ਸਰਕਾਰ ਆ ਉਸ ਨੂੰ ਉਸ ਸਟੇ ਨੂੰ ਮੰਨਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਫੌਜ ਨਹੀਂ ਮੰਨਦੀ ਉਹਨਾਂ ਦਾ ਆਪ ਇਸ ਦਾ ਕੀ ਸਿੱਟਾ ਨਿਕਲ ਸਕਦਾ ਹੈ ਦੇਖੋ ਉਥੋਂ ਦੀ ਫੌਜ ਨੇ ਇਹ ਮਕਦਮਾ ਫੌਜੀ ਅਦਾਲਤ ਤੋਂ ਚਲਾ ਕੇ ਬੜੀ ਤੇਜ਼ੀ ਨਾਲ ਮਕਦਮਾ ਚਲਾਇਆ ਤੇ ਕੁਲਪੂਸ਼ਨ ਜੱਦਵ ਨੂੰ ਜੀ ਸਜ਼ਾ ਸੁਣਾ ਦਿੱਤੀ ਮੌਤ ਦੀ ਕਿਸੇ ਨੂੰ ਫਾਂਸੀ ਲਾ ਦੇਣਾ ਜੀ ਕਹਿੰਦੇ ਇਹ ਹੈ ਕਿ ਭਾਰਤੀ ਨੇਵੀ ਦਾ ਅਫਸਰ ਹੈ ਉਹ ਭਾਰਤੀ ਨੇਵੀ ਚੋਂ ਬਹੁਤ ਦਿਰ ਦਾ ਰਿਟਾਇਰ ਹੋ ਚੁੱਕਾ ਤੇ ਈਰਾਨ ਵਿੱਚੋਂ ਕਾਰੋਬਾਰ ਕਰਦਾ ਸੀ ਜੀ ਇਹ ਸਮਝਿਆ ਜਾਂਦਾ ਹੈ ਕਿ ਈਰਾਨ ਚੋਂ ਅਗਵਾ ਕਰਕੇ ਲਿਆਂਦਾ ਗਿਆ ਜਦੋਂ ਇਹਨੂੰ ਸਜ਼ਾ ਦੇਣ ਦੀ ਗੱਲ ਚੱਲਦੀ ਪਈ ਸੀ ਜੀ ਉਦੋਂ ਈਰਾਨ ਦਾ ਵਿਦੇਸ਼ ਮੰਤਰੀ ਇੱਥੇ ਆਇਆ ਤੇ ਉਹਨੂੰ ਪੁੱਛਿਆ ਗਿਆ ਕਿ ਤੁਸੀਂ ਕੋਲ ਪੁੱਛਣ ਬੀ ਯਾਦਵ ਦੀ ਗੱਲ ਕੀਤੀ ਕੰਦਾ ਨਹੀਂ ਮੈਂ ਨਹੀਂ ਕੀਤੀ ਜੀ ਉਹਨੂੰ ਦੱਸਿਆ ਕਿ ਤੁਹਾਡੇ ਉੱਥੇ ਅਗਵਾ ਕੀਤਾ ਗਿਆ ਉਹਨੇ ਅੱਖ ਵੀ ਨਹੀਂ ਪਤਾ ਚੁੱਪ ਰਿਆ ਹੁਣ ਗੱਲ ਸਾਹਮਣੇ ਆਈ ਆ ਕਿ ਉਹਨਾਂ ਦਾ ਜਿਹੜਾ ਉੱਥੇ ਐਮਬੈਸਡਰ ਹੈ ਜੀ ਪਾਕਿਸਤਾਨ ਦੇ ਵਿੱਚ ਉਹਨੇ ਪਾਕਿਸਤਾਨ ਦੀ ਸਰਕਾਰ ਨੂੰ ਦੋ ਵਾਰੀ ਆਖਿਆ ਕਿ ਬੰਦਾ ਕਿਉਂਕਿ ਸਾਡੇ ਦੇਸ਼ ਵਿੱਚ ਕਾਰੋਬਾਰ ਕਰਦਾ ਸਾਡੇ ਦੇਸ਼ ਦਾ ਨਾਂ ਆਉਂਦਾ ਸਾਨੂੰ ਮਿਲਤਾ ਲੈਣ ਦਿਓ ਜੀ ਸਾਨੂੰ ਪਤਾ ਲੱਗੇ ਕੀ ਹਾਲ ਹੈ ਅਸੀਂ ਉਹਦਾ ਵਰਜਨ ਪੁੱਛ ਲਿਆ ਕਿ ਤੂੰ ਉੱਥੇ ਕਿਦਾਂ ਆਇਆ ਸੀ ਜੀ ਪਾਕਿਸਤਾਨ ਦੀ ਸਰਕਾਰ ਈਰਾਨ ਵਾਲਾ ਨੂੰ ਵੀ ਨਹੀਂ ਮਿਲਾਰੇ ਇਹ ਉਹ ਪਾਕਿਸਤਾਨ ਦੇ ਮਨਚ ਕੋਈ ਨਾ ਕੋ ਕਾਲਕ ਜੀ ਉਹਨਾਂ ਦੀ ਲੀਡਰਸ਼ਿਪ ਦੇ ਉਹਨਾਂ ਦੇ ਫੌਜੀ ਜਨਰਲਾਂ ਦੇ ਜੀ ਭਾਰਤ ਨੂੰ ਪਤਾ ਸੀ ਕਿ ਬੰਦਾ ਫਾਸੀ ਟੰਗਣ ਨੂੰ ਫਿਰਦੇ ਆ ਭਾਰਤ ਨੇ ਜਾ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜੀ ਹਾਲਾਂ ਦੇ ਵਿੱਚ ਉੱਥੇ ਹੇਗ ਦੇ ਵਿੱਚ ਉੱਥੇ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਇਦਾਂ ਕਰਦੇ ਪਏ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਹਨੂੰ ਬੜੀ ਤੇਜ਼ੀ ਨਾਲ ਲਿਆ ਤੇ ਫੈਸਲਾ ਦੇ ਦਿੱਤਾ ਕਿ ਪਾਕਿਸਤਾਨ ਦੀ ਸਰਕਾਰ ਇਹਨੂੰ ਫਾਸੀ ਨਾ ਲਾਵੇ ਇਹ ਨਹੀਂ ਆਖਿਆ ਫਾਸੀ ਤੋੜ ਦੇਵੇ ਜੀ ਇੱਕ ਹਾਲ ਦੀ ਕੜੀ ਨਾ ਲਾਵੇ ਸਟੇ ਆਰਡਰ ਜਾਰੀ ਕੀਤਾ ਜੀ ਉਸ ਸਟੇ ਆਰਡਰ ਜੇ ਤੇ ਸੁਪਰੀਮ ਕੋਰਟ ਨੇ ਕੀਤਾ ਹੋਵੇ ਤੇ ਰਾਜਾਂ ਦੀਆਂ ਸਰਕਾਰਾਂ ਨੂੰ ਮੰਨਣਾ ਪੈਂਦਾ ਦੇਸ਼ ਦੇ ਅੰਦਰ ਹੁੰਦਾ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਦੋਂ ਇਸ ਤਰ੍ਹਾਂ ਦੇ ਸਟੇ ਆਰਡਰ ਜਾਰੀ ਕਰਦੀ ਉਹ ਸਟੇ ਆਰਡਰ ਕਿਸੇ ਦੇਸ਼ ਦੀ ਸਰਕਾਰ ਨੇ ਮੰਨਣਾ ਜੀ ਜਾਂ ਨਹੀਂ ਮੰਨਣਾ ਜੀ ਇਹ ਦੀ ਮਰਜ਼ੀ ਤੇ ਹੁੰਦਾ ਕੁਝ ਲੋਕ ਮੰਨ ਲੈਂਦੇ ਆ ਰਿਗਾਰਡ ਕਰਦੇ ਆ ਕਿ ਇੰਟਰਨੈਸ਼ਨਲ ਕੋਰਟ ਨੇ ਕਿਹਾ ਜੀ ਕੁਝ ਦੇਸ਼ ਇਹ ਕਹਿੰਦੇ ਕਿ ਇੰਟਰਨੈਸ਼ਨਲ ਕੋਰਟ ਸਾਡੇ ਉੱਤੇ ਕੋਈ ਸ਼ਕਤੀ ਨਹੀਂ ਕਰ ਸਕਦੀ ਅਸੀਂ ਨਹੀਂ ਮੰਨਦੇ ਨਹੀਂ ਮੰਨਦੇ ਅਸੀਂ ਫੰਦਾ ਫਾਸੇ ਲੜਾ ਲਾਤਾ ਜੀ ਉਹ ਇਹ ਜਿਹੜੇ ਪਾਕਿਸਤਾਨ ਦੀ ਸਰਕਾਰ ਉਹਨਾਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਰੌ ਇਹ ਆ ਜੀ ਕਿ ਬਾਕੀ ਸਾਰੀ ਦੁਨੀਆ ਜਦੋਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਕਹਿਣਾ ਮੰਨਦੀ ਹੈ ਦੋ ਤਿੰਨ ਦੇਸ਼ ਹੈਗੇ ਨੇ ਬਤਮੀਜ਼ ਕਿਸਮ ਦੇ ਜਿਹੜੇ ਬਿਲਕੁਲ ਨਹੀਂ ਮੰਨਦੇ ਬਾਕੀ ਸਾਰੇ ਮੰਨਦੇ ਤੇ ਸਾਨੂੰ ਵੀ ਇਸ ਪੈਸ ਦੇ ਦਾ ਰਿਗਾਰਡ ਕਰਨਾ ਚਾਹੀਦਾ ਹੈ ਕੁਲ ਪੂਛਨ ਜੱਦਵ ਨੂੰ ਹਾਲ ਦੀ ਕੜੀ ਫਾਂਸੀ ਨਹੀਂ ਲਾਉਣੀ ਚਾਹੀਦੀ ਜੀ ਫੈਸਲਾ ਰਿਵਿਊ ਕਰਨਾ ਚਾਹੀਦਾ ਪਾਕਿਸਤਾਨ ਦੀ ਫੌਜ ਇਸ ਗੱਲ ਨੂੰ ਨਹੀਂ ਮੰਨ ਰਹੀ ਕਿਉਂਕਿ ਫੌਜ ਨੂੰ ਇਹ ਪਤਾ ਹੈ ਕਿ ਜੇ ਰਿਵਿਊ ਕਰਨ ਲੱਗੇ ਭਾਰਤ ਨੂੰ ਅਸੀਂ ਭਾਵੇਂ ਇੱਥੇ ਵੜਨਾਂ ਦੀਏ ਜੇ ਈਰਾਨ ਵਾਲੇ ਸ਼ਾਮਲ ਹੋ ਗਏ ਜੀ ਔਰ ਈਰਾਨ ਨੇ ਇਸ ਹਫਤੇ ਹੀ ਜਿਹੜੀ ਆ ਮੰਗਲਵਾਰ ਸਟੇਟਮੈਂਟ ਦਿੱਤੀ ਹੈ ਕਿ ਪਾਕਿਸਤਾਨ ਦੇ ਵਿੱਚੋਂ ਆ ਕੇ ਅੱਤਵਾਦੀ ਸਾਡੇ ਟੈਰੀਟਰੀ ਦੇ ਸਾਡੇ ਦੇਸ਼ ਦੇ ਅੰਦਰ ਦਾਖਲ ਹੋ ਕੇ ਹਮਲੇ ਕਰਦੇ ਆ ਜਾਂ ਤਾਂ ਹਟਾ ਲੋ ਨਹੀਂ ਤੇ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਤੁਸੀਂ ਓਕੇ ਹੋਗੇ ਜੀ ਪਾਕਿਸਤਾਨ ਦੀ ਫੌਜ ਨੂੰ ਪਤਾ ਕਿ ਜੇ ਈਰਾਨ ਦੇ ਹੱਥ ਵਿੱਚ ਇੱਕ ਵਾਰੀ ਲਗਾਮ ਆ ਗਈ ਜਿਹੋ ਦਾ ਕੇਸ ਵਿੱਚ ਇੱਕ ਵਾਰੀ ਦਖਲ ਹੋ ਗਿਆ ਜੀ ਸਾਡੀ ਸਾਰੀ ਕਹਾਣੀ ਜੋ ਕਿਸੇ ਝੂਠੇ ਬੋਲਿਆ ਜੋ ਅਸੀਂ ਦਾਲ ਬੁਣਿਆ ਸਾਰਾ ਨਗੋਇੜ ਜੀ ਇਸ ਕਰਕੇ ਉਹ ਆਪਣੀ ਸਰਕਾਰ ਨੂੰ ਇਸ ਗੱਲ ਦੀ ਖੁੱਲ ਦੇਣ ਨੂੰ ਤਿਆਰ ਨਹੀਂ ਕਿ ਕੁਲਪੁੱਛਨ ਜਾਦਵ ਦੇ ਸਵਾਲ ਦੇ ਉੱਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾਟ ਸਟੇਅ ਆਨ ਲਾਗੂ ਕੀਤਾ ਜਾਵੇ ਉਹ ਕਹਿੰਦੇ ਜਿੰਨੀ ਛੇਤੀ ਹੋਵੇ ਫਾਂਸੀ ਲਾਤਾ ਜਾਵੇ ਡਰ ਇਸ ਗੱਲ ਦਾ ਕਿ ਪਾਕਿਸਤਾਨ ਦੀ ਸਰਕਾਰ ਇੰਟਰਨੈਸ਼ਨਲ ਕੋਰਟ ਵਿੱਚ ਆਪਣੀ ਡਿਊਟ ਦੇਣ ਦੀ ਪਰੇ ਤੇ ਫੌਜ ਉਹਨੇ ਚਿਰ ਨੂੰ ਆਪਣਾ ਕੰਮ ਕਰ ਚੁੱਕੀ ਹੋਵੇ ਜੀ ਇਹ ਵੀ ਹੋ ਸਕਦਾ ਕਿਉਂਕਿ ਉਹ ਤੋਂ ਦੀ ਫੌਜ ਸਰਕਾਰ ਦੇ ਕੰਟਰੋਲ 'ਚ ਨਹੀਂ ਜੀ ਸਰਕਾਰ ਤੋਂ ਬਾਗੀ ਹੈ ਬਿਲਕੁਲ ਜੀ ਪੰਨੂ ਸਭ ਮੁੱਦੇ ਤਾਂ ਹੋਰ ਬਹੁਤ ਨੇ ਪਰ ਸਮਾਂ ਸਾਨੂੰ ਇਜਾਜ਼ਤ ਦਿਨਾ ਥੋੜਾ ਬਹੁਤ ਆਨਵਾਜੀ ਸੋਇਸਰ ਅੱਜ ਦੇ ਕੋ 49 ਮੁੱਦੇ ਕੱਲ ਨੂੰ ਨਵੇਂ ਮੁੱਦੇ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ